ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ ਤੇ ਭਾਰਤੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜ਼ਿਸ਼ 'ਚ ਦੋਸ਼ੀ ਪਾਏ ਗਏ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਫਿਲਹਾਲ ਟਾਲ ਦਿੱਤਾ ਹੈ। ਇਸ ਫੈਸਲੇ ਨੂੰ ਕੇਂਦਰੀ ਗ੍ਰਹਿ ਵਿਭਾਗ ਨੇ ਕਾਨੂੰਨ ਦੇ ਤਹਿਤ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਤਲਾਹ ਕਰ ਦਿੱਤੀ ਹੈ। ਹੁਣ ਰਾਜੋਆਣਾ ਨੂੰ ਉਸ ਵੇਲੇ ਤੱਕ ਫਾਂਸੀ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਪਈ ਅਪੀਲ 'ਤੇ ਕੋਈ ਫੈਸਲਾ ਨਹੀਂ ਹੋ ਜਾਂਦਾ। अभी हम प्रेसिडेंट साहिबा से मिल के आए हैं और ये लेटर जो दोनों हैं जो हमने दिए प्रेसिडेंट साहिबा को और होम मिनिस्टर की तरफ से उस मिनिस्ट्री की तरफ से उनका स्टे मिल गया है कि उस तक फांसी नहीं हो सकती। इस सारे घटनाक्रम दौरान बलवंत सिंह राजोआणा का नाम सुर्खियां च रहा। कौन है बलवंत सिंह राजोआणा, की खास है उन्हां दी शख्सियत अते कारगुजारी च जिन्हें पंजाब दे सारे सियासतदाना सिख अते बाकी भाईचारे दे लोकां नूं एकजुट करके उन्हां दी फांसी दे खिलाफ आवाज उठाउण लई लामबंद कीता। पंजाब दे उस वेले दे मुख्यमंत्री बेअंत सिंह दे कतल दे मामले च इस साजिशकारी नूं फांसी दी सजा सुनाए जाण दे बाद पुलिस पहरे च पेशी भुगतण लई लिजाया जा रहा है। यह शख्स संसार भर विच चर्चा दा केंद्र बन गया है। ਇਹ ਸ਼ਖਸ ਆਪਣੇ ਵੱਲੋਂ ਬੇਅੰਤ ਸਿੰਘ ਦੇ ਕਤਲ ਕਰਨ ਤੇ ਕੋਈ ਪਛਤਾਵਾ ਨਹੀਂ ਕਰਦਾ ਤੇ ਇਹ ਆਪਣੀ ਸੋਚ ਪ੍ਰਤੀ ਬਿਲਕੁਲ ਸਪਸ਼ਟ ਨੇ। ਕੌਮੀ ਭਾਵਨਾ ਨਾਲ ਧੋਖਾ ਹੈ, ਤੋਹੀਨ ਹੈ, ਠੀਕ ਹੈ ਜੀ। ਜਿਹੜੀ ਅਕਾਲ ਤਖ਼ਤ ਹੈ ਉਹਨਾਂ ਵਾਰ ਵਾਰ ਅਪੀਲਾਂ ਕੀਤੀਆਂ ਗਈਆਂ, ਸ਼੍ਰੋਮਣੀ ਕਮੇਟੀ ਵੱਲੋਂ ਮਤੇ ਪਾਸ ਕੀਤੇ ਗਏ ਆ, ਉਹਨਾਂ ਸਭ ਦੀ ਤੋਹੀਨ ਕੀਤੀ ਉਹਨਾਂ ਨੇ। ਲੁਧਿਆਣਾ ਜ਼ਿਲ੍ਹੇ 'ਚ ਮੁੱਲਾਪੁਰ ਰਾਏਕੋਟ ਤੇ ਪਿੰਡ ਹਲਵਾਰਾ ਤੋਂ 3 ਕਿਲੋਮੀਟਰ ਤੇ ਵਸਿਆ ਹੋਇਆ ਪਿੰਡ ਰਾਜੋਆਣਾ। ਬਲਵੰਤ ਸਿੰਘ ਨੂੰ ਫਾਂਸੀ ਦੇਣ ਲਈ 10 ਮਾਰਚ 2012 ਨੂੰ ਬਲੈਕ ਫਰੰਟ ਜਾਰੀ ਕਰਨ ਦੇ ਬਾਅਦ ਇਹ ਪਿੰਡ ਵੀ ਮਸ਼ਹੂਰ ਹੋ ਗਿਆ। ਬਲਵੰਤ ਸਿੰਘ ਨੂੰ ਫਾਂਸੀ ਤੋਂ ਬਚਾਉਣਾ ਚਾਹੁੰਦੇ ਅਤੇ ਉਸ 'ਚ ਆਪਣੇ ਨਾਇਕ ਨੂੰ ਤਲਾਸ਼ਣ ਵਾਲੇ ਵੱਡੀ ਗਿਣਤੀ ਲੋਕ ਪਿੰਡ ਰਾਜੋਆਣਾ ਦੀ ਧਰਤੀ ਨੂੰ ਦੇਖਣ ਲਈ ਆਉਣ ਲੱਗ ਪਏ। ਪਿੰਡ ਵੱਲ ਜਾਂਦੇ ਸਾਰੇ ਰਸਤਿਆਂ 'ਚ ਲੋਕਾਂ ਨੇ ਆਪਣੇ ਘਰਾਂ ਤੇ ਕੇਸਰੀ ਝੰਡੀਆਂ ਲਾ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਬਲਵੰਤ ਸਿੰਘ ਰਾਜੋਆਣਾ ਜੀ ਦੇ ਘਰ ਤੋਂ ਮਾਤਾ ਜੀ ਦੇ ਦਰਸ਼ਨ ਕਰਕੇ ਆ ਰਹੇ ਹਾਂ। ਮਾਤਾ ਜੀ ਬਹੁਤ ਖੁਸ਼ ਨੇ ਵੀ ਉਹਨਾਂ ਨੇ ਐਡਾ ਵੱਡਾ ਸ਼ਹੀਦ ਪੁੱਤ ਜੰਮਿਆ ਜੀ, ਜਿਉਂਦਾ ਸ਼ਹੀਦ ਜੀ। ਅਸੀਂ ਕਾਫਲੇ ਲੈ ਕੇ ਆਏ ਹਾਂ ਪਿੰਡਾਂ ਦੇ ਵਿੱਚ ਦੀ ਵਿਚਰਦੇ ਆਏ ਹਾਂ। ਮਾਤਾ ਜੀ ਦੇ ਦਰਸ਼ਨ ਕਰਕੇ ਆਏ ਹਾਂ, ਅਸੀਂ ਉਹਨੂੰ ਸੋਪਾ ਦੇ ਕੇ ਆਏ ਹਾਂ, ਆਸ਼ੀਰਵਾਦ ਉਹਨਾਂ ਤੋਂ ਲੈ ਕੇ ਆਏ ਹਾਂ। ਸਮੁੱਚੇ ਨੌਜਵਾਨੀ ਬਲਕਿ ਸੰਸਾਰ ਦੇ ਕੋਨੇ ਕੋਨੇ ਤੇ ਜਿੱਥੇ ਵੀ ਗੁਰੂ ਨਾਨਕ ਲੇਵਾ ਸਿੱਖ ਬੈਠਾ ਹੈ, ਸਭ ਦੇ ਹਿਰਦੇ ਬਲੂੰਦਰੇ ਗਏ ਨੇ। ਰਾਜੋਆਣਾ ਕਲਾਂ ਦੇ ਇਸ ਘਰ 'ਚ ਬਲਵੰਤ ਸਿੰਘ ਦਾ ਜਨਮ ਹੋਇਆ। ਦਰਮਿਆਨੀ ਆਰਥਿਕਤਾ ਵਾਲੇ ਕਿਸਾਨ ਪਰਿਵਾਰ 'ਚ ਬਲਵੰਤ ਸਿੰਘ ਨੇ ਆਪਣੇ ਜੀਵਨ ਦਾ ਪੰਧ ਸ਼ੁਰੂ ਕੀਤਾ। ਉਹਨਾਂ ਦੀ ਮਾਸੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਉਹਨਾਂ ਦੇ ਸਾਰੇ ਬੱਚਿਆਂ ਨਾਲੋਂ ਵਧੇਰੇ ਸਾਊ ਸੁਭਾਅ ਦਾ ਸੀ ਅਤੇ ਪੜ੍ਹਾਈ ਲਿਖਾਈ ਵਿੱਚ ਵੀ ਹੁਸ਼ਿਆਰ ਸੀ। ਬਹੁਤ ਵਧੀਆ ਕੰਮ ਕੀਤੇ, ਕੋਈ ਇੰਨਾ ਹੈ ਨਹੀਂ ਸੀਗਾ। ਹਾਂ, ਇੱਥੇ ਵੀ ਪਿੰਡ 'ਚ ਵੀ ਉਹਨੇ ਬਹੁਤ ਵਧੀਆ ਆਪਣੇ ਕੁਲਜੀਤ ਮੁੰਡਾ ਵਾ ਉਹਦੇ ਨੂੰ ਬਹੁਤ ਵਧੀਆ ਬਣਾ ਕੇ ਰੱਖੀ, ਤੌਰ ਤਿੱਕਰ ਬਣਾ ਕੇ ਰੱਖੀ ਉਹਨੇ। ਤੇ ਇਹ ਜਿਹਾ ਕੋਈ ਨਹੀਂ ਸੀਗਾ ਵੀ ਜਾਂ ਕਿਸੇ ਨਾਲ ਲੜੇ ਜਾਂ ਕੋਈ ਬੋਲੇ। ਸਾਊ ਪੂਰਾ ਸੀਗਾ, ਸਾਡੇ ਸਾਰੇ ਬੱਚਿਆਂ ਨਾਲੋਂ ਸਭ ਨੂੰ ਸਾਊ ਸੀਗਾ। ਬਲਵੰਤ ਸਿੰਘ ਰਾਜੋਆਣਾ ਦਾ ਬਚਪਨ ਆਮ ਬੱਚਿਆਂ ਵਾਂਗ ਹੱਸਦਿਆਂ ਖੇਡਦਿਆਂ ਬੀਤਿਆ। ਨਾਲ ਲੱਗਦੇ ਪਿੰਡ ਹੇਰਾਂ ਦੇ ਸਕੂਲ ਤੋਂ 11ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਫਿਰ ਗੁਰੂ ਸਰ ਸੁਧਾਰ ਦੇ ਕਾਲਜ ਵਿੱਚ ਦਾਖਲਾ ਲੈ ਲਿਆ। ਬਲਵੰਤ ਸਿੰਘ ਦੇ ਚਾਚਾ ਅਵਤਾਰ ਸਿੰਘ ਦੱਸਦੇ ਨੇ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਬਲੂ ਸਟਾਰ ਆਪਰੇਸ਼ਨ ਦੇ ਬਾਅਦ ਬਲਵੰਤ ਸਿੰਘ ਚੁੱਪ ਚੁੱਪ ਰਹਿਣ ਲੱਗ ਪਏ ਸਨ। 84 ਦਾ ਜਦੋਂ ਹੋ ਗਿਆ ਨਾ ਕਾਂਡ, ਉਸ ਤੋਂ ਬਾਅਦ ਥੋੜਾ ਜਿਹਾ ਇਹ ਫਿਰ ਚੁੱਪ ਜੇ ਹੋ ਗਏ, ਬਾਹਲਾ ਬੋਲਦੇ ਨਹੀਂ ਸੀ। ਬਲਵੰਤ ਸਿੰਘ ਰਾਜੋਆਣਾ ਦੀ ਮਾਂ ਗੁਰਮੀਤ ਕੌਰ ਦੇ ਚਿਹਰੇ ਦੀਆਂ ਝੋੜੀਆਂ ਉਦਾਸ ਕਹਾਣੀ ਬਿਆਨ ਕਰ ਰਹੀਆਂ ਨੇ ਤੇ ਬਲਵੰਤ ਸਿੰਘ ਦੀ ਹੋਣੀ ਦੇ ਉਦਾਸ ਰੰਗ ਉਹਨਾਂ ਦੀਆਂ ਅੱਖਾਂ 'ਚ ਦੇਖੇ ਜਾ ਸਕਦੇ ਨੇ। ਹਾਲਾਂਕਿ ਉਹ ਕਹਿੰਦੇ ਨੇ ਕਿ ਬਲਵੰਤ ਸਿੰਘ ਨੇ ਜੋ ਕੀਤਾ ਉਹ ਠੀਕ ਹੈ ਅਤੇ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ। ਕੋਈ ਮਹਿਸੂਸ ਨਹੀਂ ਪੁੱਤ, ਚੜ੍ਹਦੀ ਕਲਾ 'ਚ ਬਸ, ਮੇਰਾ ਚੜ੍ਹਦੀ ਕਲਾ 'ਚ ਸੀ, ਮਹਿਸੂਸ ਨਹੀਂ ਕਰਨਾ ਸੀ। ਜੇ ਮੇਰੇ ਪੁੱਤ ਨੇ ਕਿਹੜਾ ਕਹਿਤਾ ਮਾਤਾ, ਬਸ ਮੈਂ ਮਿਲਕੀ ਆਈ ਹਾਂ ਮਾਤਾ, ਤੂੰ ਐਂ ਕਹੀ ਵੀ ਮੇਰਾ ਪੁੱਤ ਚੜ੍ਹਦੀ ਕਲਾ 'ਚ। ਪੰਜਾਬ 'ਚ ਖਾੜਕੂਬਾਦ ਦੌਰਾਨ ਦਹਿਸ਼ਤਗਰਦਾਂ ਨੇ ਬਲਵੰਤ ਸਿੰਘ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪਰ ਪਰਿਵਾਰ ਅਤੇ ਖੁਦ ਬਲਵੰਤ ਸਿੰਘ ਦਾ ਮੰਨਣਾ ਹੈ ਕਿ ਇਹ ਕਤਲ ਖਾੜਕੂਆਂ ਨੇ ਨਹੀਂ ਕੀਤਾ ਬਲਕਿ ਲੁਟੇਰਿਆਂ ਨੇ ਕੀਤਾ ਸੀ। ਇਸ ਦੇ ਬਾਅਦ ਪੰਜਾਬ ਸਰਕਾਰ ਦੀ ਅੱਤਵਾਦ ਪੀੜਤਾਂ ਨੂੰ ਰਾਹਤ ਦੇਣ ਦੀ ਸਕੀਮ ਤਹਿਤ ਬਲਵੰਤ ਸਿੰਘ ਨੂੰ ਪੰਜਾਬ ਪੁਲਿਸ 'ਚ ਭਰਤੀ ਕਰ ਲਿਆ ਗਿਆ। ਪੰਜਾਬ 'ਚ ਖਾੜਕੂਬਾਦ ਦੇ ਦਿਨਾਂ ਦੇ ਦੌਰਾਨ ਬਲਵੰਤ ਸਿੰਘ ਦੇ ਇੱਕ ਮਿੱਤਰ ਹਰਪਿੰਦਰ ਸਿੰਘ ਗੋਲਡੀ ਨੂੰ ਪੁਲਿਸ ਨੇ ਮੁਕਾਬਲੇ 'ਚ ਮਾਰ ਦਿੱਤਾ ਸੀ, ਜਿਸ ਨਾਲ ਬਲਵੰਤ ਸਿੰਘ ਦੀ ਜ਼ਿੰਦਗੀ 'ਚ ਇੱਕ ਨਵਾਂ ਮੋੜ ਆਇਆ। ਉਹਨਾਂ ਦੇ ਮਨ 'ਚ ਸਮੇਂ ਦੀ ਸਰਕਾਰ ਖਿਲਾਫ਼ ਵਿਦਰੋਹ ਪੈਦਾ ਹੋ ਗਿਆ ਅਤੇ ਉਹ ਖਾੜਕੂਆਂ ਦੇ ਸੰਪਰਕ ਵਿੱਚ ਆ ਗਏ।
ਉਹ ਪੰਜਾਬ ਸੰਕਟ ਦੌਰਾਨ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਬਦਲਾ ਲੈਣ ਲਈ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਸੂਰਵਾਰ ਮੰਨਣ ਲੱਗੇ ਅਤੇ ਬਦਲੇ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਪਿੰਡ ਜੈ ਸਿੰਘ ਵਾਲਾ ਦੇ ਦਿਲਾਵਰ ਸਿੰਘ ਨਾਲ ਮਨੁੱਖੀ ਬੰਬ ਬਣਨ ਲਈ ਤਿਆਰ ਹੋ ਗਏ। ਬਲਵੰਤ ਸਿੰਘ ਵੱਲੋਂ ਆਪਣੇ ਜੁਰਮ ਦਾ ਇਕਬਾਲ ਕੀਤੇ ਜਾਣਾ ਅਤੇ ਬਾਕਾਇਦਾ ਅਦਾਲਤ ਵਿੱਚ ਇਕਬਾਲੀਆ ਬਿਆਨ ਦੇ ਕੇ ਆਪਣੇ ਜੁਰਮ ਦੀ ਵਜ੍ਹਾ ਦੱਸਣਾ ਵੀ ਕਾਬਿਲੇ ਗੌਰ ਹੈ। ਮੁਕੱਦਮੇ ਦੀ ਕਾਰਵਾਈ ਦੇ ਪਹਿਲੇ ਦਿਨੋਂ ਹੀ ਉਨ੍ਹਾਂ ਨੇ ਆਪਣੇ ਬਚਾਅ ਲਈ ਇਹ ਕਹਿੰਦਿਆਂ ਕੋਈ ਵਕੀਲ ਨਹੀਂ ਕੀਤਾ ਕਿ ਉਸ ਨੂੰ ਭਾਰਤੀ ਸੰਵਿਧਾਨ 'ਚ ਯਕੀਨ ਨਹੀਂ ਹੈ। ਮੇਰਾ ਰਸਤਾ ਕੌਮ ਦੀ ਆਜ਼ਾਦੀ ਹੈ, ਮੇਰੀ ਮੰਜ਼ਿਲ ਵੀ ਹੋਰ ਹੈ, ਮੇਰੀ ਵਿਚਾਰਧਾਰਾ ਵੀ ਹੋਰ ਹੈ। ਉਨ੍ਹਾਂ ਨੇ ਅਜਿਹਾ ਬਿਆਨ ਮੁਕੱਦਮੇ ਦੇ ਵੱਖ ਵੱਖ ਪੜਾਵਾਂ ਦੌਰਾਨ ਲਿਖਤੀ ਰੂਪ ਵਿੱਚ ਵੀ ਦਿੱਤਾ। ਬਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਦਿਲਾਵਰ ਸਿੰਘ ਦੀ ਛਾਤੀ ਨਾਲ ਬੰਬ ਇਸ ਲਈ ਬੰਨਿਆ ਤਾਂ ਕਿ ਬੇਅੰਤ ਸਿੰਘ ਨੂੰ ਮਾਰਿਆ ਜਾ ਸਕੇ, ਪਰ ਮੇਰੇ ਨਾਲ ਹੋਰ ਦੋਸ਼ੀ ਬਣਾਏ ਗਏ ਸਾਰੇ ਵਿਅਕਤੀ ਬੇਗੁਨਾਹ ਨੇ। ਮੈਂ ਅਜਿਹਾ ਆਪਣੀ ਕੌਮ ਦੀ ਆਜ਼ਾਦੀ ਲਈ ਕੀਤਾ ਕਿਉਂਕਿ ਬੇਅੰਤ ਸਿੰਘ ਹਜ਼ਾਰਾਂ ਮਾਸੂਮ ਸਿੱਖਾਂ ਨੂੰ ਕਤਲ ਕਰਨ ਲਈ ਜ਼ਿੰਮੇਵਾਰ ਸੀ ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਅਤੇ ਰਾਮ ਚੰਦਰ ਦਾ ਅਵਤਾਰ ਕਹਿੰਦਾ ਸੀ। ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਵਸੀਅਤ ਲਿਖ ਕੇ ਅਕਾਲ ਤਖ਼ਤ ਨੂੰ ਭੇਜੀ ਸੀ। ਜੇਲ੍ਹ ਵਿੱਚੋਂ ਹੀ ਇੱਕ ਹੋਰ ਪੱਤਰ ਬਲਵੰਤ ਸਿੰਘ ਨੇ ਅਕਾਲ ਤਖ਼ਤ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਲਿਖਿਆ, ਜਿਸ 'ਚ ਉਨ੍ਹਾਂ ਨੇ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਦੀ ਗੱਲ ਲਿਖੀ ਹੈ। ਇਸ ਲਈ ਉਨ੍ਹਾਂ ਨੇ ਬਾਕਾਇਦਾ ਤੌਰ 'ਤੇ ਇੱਕ ਫਾਰਮ ਵੀ ਭਰਿਆ। ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ 'ਤੇ ਸਿਰਫ 2 ਦਿਨ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਦੀ ਸਜ਼ਾ ਨੂੰ ਟਾਲਣ ਨਾਲ ਦੇਸ਼ ਦੇ ਕਾਨੂੰਨ ਤੰਤਰ 'ਚ ਇੱਕ ਨਵਾਂ ਅਧਿਆਇ ਜੁੜ ਗਿਆ। ਦੇਸ਼ ਦੇ ਕਾਨੂੰਨ ਇਤਿਹਾਸ 'ਚ ਪਹਿਲੀ ਵਾਰ ਇੰਝ ਹੋਇਆ ਕਿ ਬਲੈਕ ਵਾਰੰਟ 'ਤੇ ਅਮਲ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਕਿਸੇ ਦੀ ਫਾਂਸੀ ਰੋਕੀ ਗਈ ਹੋਵੇ। ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੀ ਦਖਲ ਅੰਦਾਜ਼ੀ ਨਾਲ ਅਜਿਹਾ ਸੰਭਵ ਹੋ ਸਕਿਆ, ਪਰ ਇਸ ਨਾਲ ਭਾਰਤ ਦੀਆਂ ਜੇਲ੍ਹਾਂ 'ਚ ਬੰਦ ਫਾਂਸੀ ਦੀ ਸਜ਼ਾ ਯਾਫਤਾ ਹੋਰਨਾਂ ਕੈਦੀਆਂ ਲਈ ਬਲਵੰਤ ਸਿੰਘ ਨਿਰਸੰਦੇਹ ਇੱਕ ਅਹਿਮ ਕਿਰਦਾਰ ਬਣ ਕੇ ਉਭਰੇ ਨੇ। ਇਸ ਤਰ੍ਹਾਂ ਤਿਹਾੜ ਜੇਲ੍ਹ 'ਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਅਫਜ਼ਲ ਗੁਰੂ ਅਤੇ ਫਾਂਸੀ ਦੀ ਸਜ਼ਾ ਯਾਫਤਾ ਹੋਰਨਾਂ ਵਿਅਕਤੀਆਂ ਲਈ ਹੁਣ ਬਲਵੰਤ ਸਿੰਘ ਰਾਜੋਆਣਾ ਮਾਮਲੇ ਨੇ ਸ਼ਾਇਦ ਇੱਕ ਨਵਾਂ ਰਾਹ ਬਣਾ ਦਿੱਤਾ ਹੈ।